ਬਾਈ ਮੌਸਮ ਬਹੁਤ ਜੀ ਠੰਡ ਬਹੁਤ ਜ਼ਿਆਦਾ ਹੈ ਜੀ, ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਜੀ, ਬਹੁਤ ਮੁਸ਼ਕਿਲ ਹੈ ਜੀ। ਕਿਹੜੇ ਪਿੰਡ ਚੋਂ ਤੁਸੀਂ ਦੁੱਧ ਲੈ ਕੇ ਆ ਰਹੇ ਹੋ? ਸਿੱਖਾਂ ਵਾਲਿਓਂ ਆ ਨਾ ਬਾਈ ਜੀ, ਬਹੁਤ ਮੁਸ਼ਕਿਲ ਨਾਲ ਆਵਾਂ ਜੀ। ਇੱਕ ਧੁੰਦ ਦਾ ਬਹੁਤ ਜ਼ਿਆਦਾ, ਅੱਜ ਮੌਸਮ ਦੇਖਿਆ ਗਿਆ ਕਿ ਮੌਸਮ 'ਚ ਧੁੰਦ ਵੀ ਬਹੁਤ ਜ਼ਿਆਦਾ। ਹਾਂਜੀ ਬਹੁਤ ਜ਼ਿਆਦਾ ਆ ਜੀ, ਧੁੰਦ ਦਿਸ ਨਹੀਂ ਰਿਹਾ ਕੁਛ ਜੀ, ਪਸ਼ੂਆਂ ਦਾ ਬਹੁਤ ਔਖਾ ਹੋਇਆ ਪਿਆ ਜੀ ਠੰਡ ਦੇ ਵਿੱਚ। ਅਤੇ ਦੁੱਧ ਔਖਾ ਜੀ, ਦੁੱਧ ਦਾ ਕੰਮ ਕਰਦੇ ਹੋ, ਕਿਸ ਤਰ੍ਹਾਂ ਮਤਲਬ ਦਿੱਕਤਾਂ? ਮੁਸੀਬਤਾਂ ਬਹੁਤ ਆਉਂਦੀਆਂ ਜੀ ਬਾਈ ਜੀ, ਬਹੁਤ ਮੁਸ਼ਕਿਲ ਹੋਈ ਪਈ ਹੈ ਜੀ ਠੰਡ ਦੇ ਵਿੱਚ ਆਉਣਾ ਵੀ ਜੀ, ਹੱਥ ਪੈਰ ਸਾਰਾ ਕੁਛ ਸੁੰਨ ਹੋ ਜਾਂਦਾ ਜੀ। ਠੰਡ ਨੂੰ ਕੁਛ ਨਹੀਂ ਜੀ, ਸਾਡੀਆਂ ਦਿਹਾੜੀਆਂ ਮਰਦੀਆਂ ਧੁੰਦ ਕਰਕੇ ਜੀ, ਠੰਡ ਕਰਕੇ ਜੇ ਲੇਟ ਹੋ ਗਏ ਜੀ ਤਾਂ ਸਾਡੀ ਦਿਹਾੜੀ ਨਹੀਂ ਪੈਣੀ ਪੂਰੀ, ਬਸ ਪੱਲਿਓ ਹੀ ਖਾਈ ਜਾਂਦੇ ਹਾਂ ਜੀ। ਜਿਹੜਾ ਧੁੰਦ ਹੈ ਮੌਸਮ ਅੱਜ ਬਹੁਤ ਜ਼ਿਆਦਾ, ਫਿਰ ਪਿੰਡੋਂ ਆਉਂਦੇ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਤੁਹਾਨੂੰ? ਪਿੰਡੋਂ ਬਹੁਤ ਜ਼ਿਆਦਾ ਜੀ, ਜਿੱਥੇ 10 ਮਿੰਟ ਦਾ ਰਾਹ ਹੁੰਦਾ ਸਾਨੂੰ ਅੱਧਾ ਪੌਣਾ ਘੰਟਾ ਲੱਗ ਜੀ ਆਉਂਦੇ ਹੁੰਦੇ, ਇਸ ਟਾਈਮ ਨੂੰ ਸਾਡੀ ਦਿਹਾੜੀ ਮਰ ਜਾਂਦੀ ਆ, ਉਹਨੂੰ ਸਾਡੀ ਦਿਹਾੜੀ ਨਹੀਂ ਪੂਰੀ ਪੈਂਦੀ। ਜਿਹੜਾ ਕੋਈ ਕੰਮ ਜਿਹੜਾ ਠੰਡ ਕਰਕੇ ਜਾਂ ਕੰਸਟਰਕਸ਼ਨ ਦਾ ਵਗੈਰਾ ਕੋਈ ਕੰਮ ਚੱਲਦਾ ਹੈ ਜੀ? ਕੋਈ ਇਹੋ ਜਿਹਾ ਕੰਮ ਨਹੀਂ ਚੱਲਦਾ ਜੀ, ਜੇ ਬਸ 10 ਮਿੰਟ ਲੇਟ ਹੋ ਗਏ ਫਿਰ ਦਿਹਾੜੀ ਮਰ ਜਾਣੀ ਹੈ, ਜੇ ਅੱਧਾ ਘੰਟਾ ਲੇਟ ਹੋ ਗਈ ਫਿਰ ਡਿਊਟੀ ਆਫ ਹੋਏ। ਮੇਰਾ ਨਾਮ ਹਸਨ ਮੁਹੰਮਦ ਆ ਜੀ, ਪਰ ਬਹੁਤ ਜ਼ਿਆਦਾ ਜੀ ਆ, ਤੁਹਾਡੇ ਸਾਹਮਣੇ ਸੇਕੀ ਜਾਂਦੇ ਆ ਅੱਗ, ਕੰਮ ਕਰਨ ਨੂੰ ਚਿੱਤ ਨਹੀਂ ਕਰਦਾ ਹੈਗਾ, ਇਤਨਾ ਮਤਲਬ ਕਿ ਹੱਥ ਲੈ ਰਹੇ ਆ ਨਾਲੋਂ। ਹਾਂਜੀ 4-5 ਦਿਨ ਹੋ ਗਏ ਬਹੁਤ ਜ਼ਿਆਦਾ ਠੰਡ ਆ, ਉਵੇਂ ਹੀ ਕੰਮ ਕਰੀ ਜਾਂਦੇ ਆ ਮਜਬੂਰੀ ਦਾ ਕਰਕੇ। ਸੁਖਜੀਤ ਸਿੰਘ, ਬਹੁਤ ਜ਼ਿਆਦਾ ਪੈ ਰਹੀ ਜੀ। ਕਿੰਨੇ ਦਿਨ ਹੋ ਗਏ? 4-5 ਦਿਨਾਂ ਤੋਂ। ਅੱਜ ਕਿੰਨੀ ਕੁ ਹੈ? ਬਹੁਤ ਜ਼ਿਆਦਾ ਹੈ ਜੀ, ਤੁਹਾਡੇ ਸਾਹਮਣੇ ਆ ਅੱਗ ਸੇਕੀ ਜਾਂਦੇ ਆ।